ਜਸਟਿਸ ਮਹਿੰਦਰ ਸਿੰਘ ਜੋਸ਼ੀ ਦੀ ਕਹਾਣੀ ਸੜਦੀਆਂ ਨੂਹਾਂ ਕਰਨ ਪੁਕਾਰ ਬੰਦ ਕਰੋ ਇਹ ਅਤਿਆਚਾਰ ਅੱਜਕਲ ਜਦੋਂ ਵੀ ਅਖਬਾਰ ਚੁੱਕੇ ਦਾ ਉਹਦੇ ਕਿਸੇ ਨਾ ਕਿਸੇ ਪੰਨੇ ਉੱਤੇ ਕਿਸੇ નિર્ਦੋਸ਼ ਕੁੜੀ ਦੀ ਸੜ ਮਰਨ ਦੀ ਖਬਰ ਅਵਸ਼ ਛਪੀ ਮਿਲ ਜਾਂਦੀ ਹੈ ਜਾਂ ਤਾਂ ਉਹਨੂੰ ਸੱਸ ਸਹੁਰੇ ਪਤੀ ਨੇ ਘਰ ਦੀ ਚਾਰਦੁਆਰੀ ਅੰਦਰ ਮਾਰ ਮੁਕਾਇਆ ਹੁੰਦਾ ਹੈ ਜਾਂ ਫਿਰ ਉਹਨੇ ਆਪ ਹੀ ਆਪਣੀ ਦੇਹ ਦੀ ਚਿਤਾ ਬਣਾ ਲਈ ਹੁੰਦੀ ਹੈ ਕਾਰਨ ਪੜਨ ਦੀ ਲੋੜ ਨਹੀਂ ਪੈਂਦੀ ਕਾਰਨ ਆਪਣੇ ਆਪ ਬੁੱਝ ਲਈਦਾ ਦਹੇਜ ਹੋਰ ਦਹੇਜ ਸਾਈਕਲ ਮਿਲੇ ਸਕੂਟਰ ਕਿਉਂ ਨਹੀਂ ਸਕੂਟਰ ਹੱਥ ਲੱਗ ਗਿਆ ਕਾਰ ਦੀ ਕਮੀ ਰਹਿ ਗਈ ਹਜ਼ਾਰਾਂ ਲੱਭ ਪੈਣ ਦੀ ਸੂਰਤ ਵਿੱਚ ਤਮਾਂ ਨੇ ਲੱਖਾਂ ਲਈ ਬਹਾਂ ਡਲੀਆਂ ਇਸ ਅਨਰਥ ਵਿਰੋਧ ਜਲਸੇ ਹੁੰਦੇ ਹਨ ਜਲੂਸ ਨਿਕਲਦੇ ਹਨ ਐਡੀਟোরিয়াল ਛਪਦੇ ਹਨ ਇੰਨਾ ਹੀ ਨਹੀਂ ਦੋਸ਼ੀ ਲੋਟੂਆਂ ਨੂੰ ਹੱਥਕੜੀ ਲਾ ਕੇ ਕਚਹਿਰੀ ਦੇ ਕਟਹਿਰੇ 'ਚ ਖੜੇ ਕੀਤੇ ਜਾਂਦਾ ਹੈ ਦੰਡ ਵੀ ਮਿਲਦੀ ਹੈ ਫਿਰ ਵੀ ਇਹ ਵਬਾ ਹੋਰ ਹੋਰ ਫੈਲਦੀ ਜਾ ਰਹੀ ਹੈ ਜੰਗਲ ਦੀ ਆਗ ਵਾਂਗ ਦਿਨ ਬਦਿੰਨ ਜਗ੍ਹਾ-ਜਗ੍ਹਾ ਤੋਂ ਇਹਦੇ ਵਿਰੁੱਧ ਵਾਅ ਵੇਲਾ ਹੁੰਦਾ ਪਰ ਕਿਸੇ ਯਤਨ ਦਾ ਕੋਈ ਸਿੱਟਾ ਨਿਕਲਦਾ ਨਜ਼ਰ ਨਹੀਂ ਆਉਂਦਾ ਇੱਕ ਪੱਖੋਂ ਕੁੜੀ ਦੇ ਵਿਆਹ ਦੀ ਮਰਿਆਦਾ ਬੜੀ ਬੇਦਰਦ ਹੈ ਜਦ ਕੋਈ ਪੌਦਾ ਇੱਕ ਕਿਆਰੀ ਚੋਂ ਕੱਢ ਕੇ ਦੂਜੀ ਚ ਉਗਾਣਾ ਹੋਵੇ ਤਾਂ ਉਹਦੀ ਭੌਂ ਬਦਲੀ ਬੜੀ ਕੱਚੀ ਉਮਰ ਚ ਕੀਤੀ ਜਾਂਦੀ ਹੈ ਫਿਰ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਜਿਹੜੀ ਮਿੱਟੀ ਚ ਉਹਦੀਆਂ ਜੜ੍ਹਾਂ ਫੈਲੀਆਂ ਹੋਈਆਂ ਉਹਦੇ ਬਰੀਕ ਰੇਸ਼ੇ ਉਹ ਸਾਰੀ ਦੀ ਸਾਰੀ ਉਹਦੇ ਨਾਲ ਜਾਵੇ ਉਹਦਾ ਕੋਈ ਕਿਣਕਾ ਨਾ ਹਿਲੇ ਇਥਾਂ ਬਦਲੀ ਧੁੱਪ ਢਲਣ ਤੋਂ ਬਾਅਦ ਹੋਵੇ ਅੱਗੇ ਜ਼ਮੀਨ ਭਲੀ ਭਾਂਤ ਤਿਆਰ ਕੀਤੀ ਮਿਲੇ ਨਵੀਂ ਜਗ੍ਹਾ ਲੱਗਦੇ ਸਾਰ ਪੌਦੇ ਨੂੰ ਠੀਕ ਤਰ੍ਹਾਂ ਸੰਭਿਆ ਜਾਏ ਤੇ ਜਦ ਤੱਕ ਉਹ ਪੱਕੇ ਪੈਰੀ ਨਾ ਹੋ ਜਾਏ ਉਹਦੀ ਵਿਸ਼ੇਸ਼ ਨਿਗ੍ਹਾ ਪਾਣੀ ਹੁੰਦੀ ਰਹੇ ਇਹਦੇ ਵਿਰੁੱਧ 18-20-25 ਸਾਲ ਇੱਕ ਥਾਂ ਜੰਮਿਆ ਪਲਿਆ ਇਨਸਾਨ ਇਨਸਾਨੀ ਪੌਦਾ ਜ ਜਨੂੰ ਦਾਤ ਨਾਲ ਤਣੇ ਤੋਂ ਵੱਢ ਕੇ ਬਗਾਨੀ ਧਰਤੀ 'ਚ ਗੱਡ ਦਿੱਤਾ ਜਾਂਦਾ ਹੈ ਉਹ ਤੋਂ ਆਸ ਕੀਤੀ ਜਾਂਦੀ ਹੈ ਕਿ ਆਉਂਦੇ ਸਾਰ ਤੁਰੰਤ ਉਸ ਤੋਂ ਇੰਨੇ ਫਲ ਉਤਰਨ ਕਿ ਟੋਕਰੀਆਂ ਹੀ ਨਹੀਂ ਕੋਠੇ ਭਰ ਜਾਣ ਸਤ ਸੌਰਾ ਪਤੀ ਨਰਦਾਂ ਤੇ ਹੋਰ ਸਾਖਾਂ ਸਨਈਆਂ ਦੀ ਜਨਮ ਜਨਮ ਦੀ ਭੁੱਖ ਮਿਟ ਜਾਏ ਹੋਣਾ ਤਾਂ ਇਹ ਚਾਹੀਦਾ ਹੈ ਕਿ ਪਤੀ ਪਤਨੀ ਦੇ ਆਪਣੇ ਦੋ ਅੱਡ ਅੱਡ ਸ਼ਰੀਰਾਂ ਨਾਲ ਜਿਉਣ ਦੇ ਬਾਵਜੂਦ ਉਹਨਾਂ ਦੀ ਆਤਮਾਵਾਂ ਗੱਡ ਮੱਡ ਹੋ ਕੇ ਇੱਕ ਬਣ ਜਾਣ ਦੋਏ ਮੂਰਤੀ ਪਰ ਇੱਕ ਜੋਤੀ ਸਾਡਾ ਧਾਰਮਿਕ ਇਤਿਹਾਸ ਦੱਸਦਾ ਹੈ ਕਿ ਆ ਜੁਗਾਦ ਵਿੱਚੋਂ ਮਰਦ ਤੇ ਇਸਤਰੀ ਦੋਹਾਂ ਨੇ ਇੱਕੋ ਤਨ ਤੋਂ ਜਨਮ ਲਿਆ ਸੀ ਉਨ੍ਹਾਂ ਦੀ ਰਚਨਾ ਕੁਦਰਤ ਨੇ ਇਸ ਹਿਸਾਬ ਨਾਲ ਕੀਤੀ ਹੈ ਕਿ ਉਹ ਦੋਵੇਂ ਇੱਕਸਰ ਹੋਣ ਤਾਂ ਹੀ ਉਹ ਅੱਗੇ ਆਦਮ-ਜਾਦ ਦਾ ਵਿਸਥਾਰ ਹੋਵੇ। ਪਰਿਵਾਰ ਦੇ ਵਧਨ-ਫੁੱਲਣ ਦਾ ਅਸਲ ਭਾਰ ਇਸਤਰੀ ਉਟਦੀ ਹੈ ਕਿਉਂਕਿ 9 ਮਹੀਨੇ ਗਰਭ 'ਚ ਬੱਚੇ ਨੂੰ ਚੁੱਕਣ ਦੀ ਜ਼ਿੰਮੇਵਾਰੀ ਉਹਦੀ ਹੈ। ਉਸ ਪੇਚੋਂ ਮੁੱਢਲੇ ਬਰਿਆਂ 'ਚੋਂ ਦੁੱਧ ਚੰਗਾਉਣ, ਨਹਾਉਣ, ਪਹਿਨਾਉਣ, ਵਰਾਉਣ, ਖਿਡਾਉਣ ਦੀ ਵੀ। ਘਰ ਦੀ ਸਾਫ-ਸਫਾਈ ਉਹਦਾ ਕੰਮ, ਰੋਟੀ ਪਕਾਉਣਾ, ਖਵਾਉਣਾ ਉਹਦਾ ਕੰਮ, ਆਏ-ਗਏ ਦੀ ਸੰਭਾਲੋ ਦਾ ਕੰਮ ਕਹਿਣ ਨੂੰ ਉਹ ਪਤੀ ਦੇ ਘਰ ਦੀ ਮਾਲਕਣ ਬਣ ਆਤੀ। ਪੇਕ ਗਿਆ ਤੋਂ ਲਿਆਂਦੀ ਜਾਂਦੀ ਹੈ ਸਲੂਕ ਉਹਦੇ ਨਾਲ ਅਜਿਹਾ ਕੀਤਾ ਜਾਂਦਾ ਜਿਵੇਂ ਕੋਈ ਮੋਏ ਮਾਸ ਦਾ ਲੋਥੜਾ ਭੁੱਖੇ ਸ਼ੇਰਾਂ ਦੇ ਚੱਬਣ ਚੁੰਡਣ ਲਈ ਉਹਨਾਂ ਦੇ ਪੈਰਾਂ 'ਚ ਸੁੱਟ ਦਿੱਤਾ ਗਿਆ ਹੋਵੇ ਆਪਣੇ ਮਾਤਾ ਪਿਤਾ ਭੈਣਾਂ ਭਰਾਵਾਂ ਸਖੀਆਂ ਸਹੇਲੀਆਂ ਗਲੀ ਗਵੰਡ ਤੋਂ ਟੁੱਟ ਕੇ ਬਿਲਕੁਲ ਉਪਰੀ ਥਾਂ ਉਪਰੇ ਜੀਆਂ ਦੇ ਵਾਸ ਪੈ ਜਾਣ ਚ ਕਿੱਡੀ ਕੁਰਬਾਨੀ ਹੈ ਤੇ ਆਪਣੇ ਅਜਨਬੀ ਪਤੀ ਨੂੰ ਆਪਣਾ ਤਨ ਮਨ ਸਭ ਕੁਝ ਅਰਪ ਦੇਣਾ ਕਿੱਡੀ ਵੱਡੀ ਦਾਤ ਸੱਸ ਸੋਹਰੇ ਦਾ ਨਾਂ ਅੱਗੇ ਨੂੰ ਜਿਉਂਦਾ ਰੱਖਣਾ ਹੈ ਪਿੰਡ ਪੱਤਲ ਦਾ ਅਧਿਕਾਰੀ ਪੈਦਾ ਕਰਨਾ ਹੈ ਤਾਂ ਉਹਨੇ ਫਿਰ ਵੀ ਉਹ ਬੇहद ਸ਼ਰਮਨਾਕ ਨਾਕਦਰੀ ਤੇ ਜਿੱਲ੍ਹਾ ਦਾ ਸ਼ਿਕਾਰ ਹੁੰਦੀ ਹੈ ਜੋ ਆਪਣੇ ਸੱਜਰੇ ਮਾਪਿਆਂ ਤੇ ਪਤੀ ਪਰਮੇਸ਼ਰ ਦੀ ਹਾਊਸ ਮਟੌਨ ਜੋਗਾ ਧੰ ਲੈ ਕੇ ਨਹੀਂ ਆਈ ਉਹ ਧੰ ਲੈ ਕੇ ਨਹੀਂ ਆਈ ਜਿਸ ਉੱਤੇ ਉਹਦਾ ਆਪਣਾ ਕੋਈ ਅਧਿਕਾਰ ਨਹੀਂ ਸੀ ਅਜੋਕੇ ਕਾਨੂੰਨ ਅਨੁਸਾਰ ਧੀ ਦਾ ਆਪਣਾ ਮਾਤਾ ਪਿਤਾ ਦੀ ਜਾਇਦਾਦ ਵਿਰਸੇ 'ਚ ਪਾਉਣ ਦਾ ਉਨਾ ਹੀ ਹੱਕ ਹੈ ਜਿੰਨਾ ਉਹਦੇ ਪੁੱਤਰਾਂ ਦਾ ਪਰ ਵਿਰਾਸਤ ਮਾਪਿਆਂ ਦੇ ਮਰਨ ਬਾਅਦ ਮਿਲਦੀ ਹੈ ਤੇ ਜੇ ਨਵੇਂ ਨਕਲੀ ਮਾਪੇ ਲੋਭਸ ਅਸਲੀ ਮਾਪਿਆਂ ਦੇ ਮਰਨ ਤੱਕ ਇੰਤਜ਼ਾਰ ਨਾ ਕਰ ਸਕਣ ਤਾਂ ਉਸ ਗਰੀਬ ਦਾ ਕੀ ਦੋਸ਼ ਧੀ ਮਾਂ-ਬਾਪ ਦੀ ਉਸੇ ਤਰ੍ਹਾਂ ਪੈਦਾ ਕੀਤੀ ਸੰਤਾਨ ਹੁੰਦੀ ਹੈ ਜਿਸ ਤਰ੍ਹਾਂ ਪੁੱਤਰ ਜੇ ਉਸ ਵਿਚਾਰੀ ਨੂੰ ਕਿਸੇ ਗਲਤ ਸੋਚ ਦੇ ਅਧੀਨ ਪੁੱਤਰਾਂ ਦੇ ਬਰਾਬਰ ਹੱਕ ਤੋਂ ਵੰਚਿਤ ਰੱਖਣ ਦਾ ਨਿਆਂਕਰਨ ਤੋਦਾ ਕੀ ਕਸੂਰ ਧਰਮ ਸੰਤੋਖ ਨਾਲ ਜਿਉਣ ਦਾ ਰਾਹ ਦੱਸਦਾ ਹੈ ਦਸਾਂ ਨੌਂ ਦੀ ਕਿਰਤ ਕਰਕੇ ਖਾਣ ਲਈ ਪ੍ਰੇਰਦਾ ਆਪਣੀ ਕਮਾਈ ਹੋਰਾਂ ਨਾਲ ਵੰਡ ਕੇ ਖਾਣ ਦਾ ਉਪਦੇਸ਼ ਦਿੰਦਾ ਹੈ ਮਰਨਾ ਤੋਂ ਬਹੁਤ ਵੱਡੀ ਗੱਲ ਹੈ ਧਰਮ ਹੋਰ ਜੀਆਂ ਨੂੰ ਸਤਾਉਣ ਤੋਂ ਰੋੜਦਾ ਹੈ ਮਨਸ ਹਤਿਆ ਨੂੰ ਸਾਰੇ ਪਾਪਾਂ ਵਿੱਚੋਂ ਮਹਾਪਾਪ ਗਿਣਦਾ ਹੈ ਕਾਨੂੰਨ ਦੀ ਨਜ਼ਰ 'ਚ ਦਾਜ ਮੰਗਣਾ ਅਪਰਾਧ ਹੈ ਉਹਦੇ ਲਈ ਜਾਨ ਲੈਣਾ ਕਤਲ ਜਿਹੜੀ ਸਜ਼ਾ ਮੌਤ ਹੈ ਇਨਸਾਫ ਦੀ ਆਖਰੀ ਸਜ਼ਾ ਤੇ ਅੱਜ ਧਰਮ ਤੇ ਕਾਨੂੰਨ ਦੋਵੇਂ ਬੇਵੱਸ ਹੋਏ ਬਟ ਬਟ ਤੱਕ ਰਹੇ ਐ ਕਿ ਕੀ ਅਤਿਆਚਾਰ ਹੋ ਰਿਹਾ ਕਿਉਂ ਹੋ ਰਿਹਾ ਸਮੇਂ ਦੀ ਲੋੜ ਹੈ ਕਿ ਸਮਾਜ ਦੀ ਜ਼ਮੀਰ ਜਾਗੇ ਜਾਗੀ ਜ਼ਮੀਰ ਵਾਲਾ ਕੋਈ ਇਨਸਾਨ ਆਪਣੀ ਰਹਿਮ ਤੇ ਜਿਉਂਦੀ ਕਿਸੇ ਅਬਲਾ ਨੂੰ ਆਪਣੇ ਲਾਲਚ ਦੀ ਤ੍ਰਿਪਤੀ ਲਈ ਜ਼ੁਲਮ ਦਾ ਨਿਸ਼ਾਨਾ ਨਾ ਬਣਾਵੇ ਸਮੁੱਚਾ ਭਾਈਚਾਰਾ ਇਸ ਮਹਾਪਾਪ ਤੇ ਘੋਰ ਅਪਰਾਧ ਲਈ ਜਿਹਾ ਕੈਰਵਾਨ ਹੋਵੇ ਕਿ ਕਿਸੇ ਵਿਅਕਤੀ ਨੂੰ ਉਹਦਾ ਭਾਗੀ ਹੋਣ ਦੀ ਜਰਰਤ ਨਾ ਪਵੇ ਹੁਣ ਤੱਕ ਕਿੰਨੇ ਹੀ ਦਰਿਆ ਵਗ ਚੁੱਕੇ ਹਨ ਲਾਚਾਰ ਹੰਝੂਆਂ ਦੇ ਬੇਕਸੂਰ ਰਤਾਂ ਦੇ ਹੁਣ ਤੱਕ ਅਨੇਕ ਮਾਸੂਮ ਜਿੰਦਾ ਅੱਗ ਵਿੱਚ ਦਗਦ ਹੋ ਚੁੱਕੀਆਂ ਹਨ ਛੱਤਾਂ ਤੋਂ ਫਾਹੇ ਲੱਗ ਚੁੱਕੀਆਂ ਹਨ ਸੱਚਮੁੱਚ ਦੀ ਅਤ ਹੋ ਗਈ ਹੈ ਬਸ ਹੁਣ ਹੋਰ ਨਹੀਂ ਰੱਬ ਦੇ ਵਾਸਤੇ ਹੋਰ ਨਹੀਂ ਧੰਵਾਦ